ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਰੋਸ ਜ਼ਾਹਰ ਕਰਦੇ ਹੋਏ ਭੁੱਖ ਹੜਤਾਲ ਕੀਤੀ ਗਈ ਆ। ਇਸ ਮੌਕੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ 2010 'ਚ ਪਿਛੜੀ ਜਾਤੀ ਦੇ ਬੱਚਿਆਂ ਦੀ ਪੜ੍ਹਾਈ ਲਈ ਨਿੱਜੀ ਕਾਲਜਾਂ 'ਚ ਵਜ਼ੀਫੇ ਦੀ ਸਕੀਮ ਸ਼ੁਰੂ ਕੀਤੀ ਗਈ ਸੀ, ਪਰ ਪਿਛਲੀ ਅਕਾਲੀ ਸਰਕਾਰ ਵੱਲੋਂ ਵੀ ਵਜ਼ੀਫੇ ਦੀ ਰਾਸ਼ੀ 'ਚ ਵੱਡੇ ਘਪਲੇ ਕੀਤੇ ਗਏ ਸਨ ਅਤੇ ਹੁਣ ਮੌਜੂਦਾ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਵੀ ਕਰੋੜਾਂ ਰੁਪਏ ਦਾ ਘਪਲਾ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ। ਮੰਗਾਂ ਤਾਂ ਬਹੁਤ ਸਾਰੀਆਂ ਵਾ, ਬਾਕੀ ਆ ਜਿਹੜੀ ਅੱਜ ਚੱਲ ਰਹੀ ਆ, ਇਹ ਜਿਹੜਾ ਭੁੱਖ ਹੜਤਾਲ ਰੱਖੀ ਆ, ਇਹ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਧਰਮ ਸਿੰਘ ਸੋਚ ਜੀ ਨੇ ਜੋ ਬੱਚਿਆਂ ਦੇ SC ਅਤੇ ਇਹਨਾਂ ਦੇ ਵਜ਼ੀਫੇ ਖਾਧੇ ਨੇ, ਉਹਦੇ ਵਾਸਤੇ ਅਸੀਂ ਧਰਨਾ ਲਾਇਆ ਵਾ ਸਾਰੇ ਪੰਜਾਬ ਦੇ ਅੰਦਰ ਹੀ। ਧਰਨਿਆਂ ਨਾਲ ਕੋਈ ਫਰਕ ਨਹੀਂ ਪਿਆ, ਹੁਣ ਭੁੱਖ ਹੜਤਾਲ ਕੀਤੀ ਆ ਵੀ ਜਿਹੜਾ ਇਹਨਾਂ ਦੇ ਪੈਸੇ ਖਾਧੇ ਵਾਪਸ ਕੀਤੇ ਜਾਣ, ਇਸ ਕਰਕੇ ਅਸੀਂ ਬੈਠੇ ਹਾਂ। ਗੱਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਕਰਦੀ ਹੈ ਸਰਕਾਰ ਵੀ ਅਸੀਂ ਗਰੀਬਾਂ ਦੇ ਮਸੀਹਾ ਹਾਂ, ਗਰੀਬਾਂ ਵਾਸਤੇ ਆਹ ਕਰ ਰਹੇ ਹਾਂ, ਪਰ ਆਹ ਜਿਹੜੀ ਬੜੀ ਸ਼ਰਮਨਾਕ ਗੱਲ ਆ ਵੀ ਇੱਕ ਗਰੀਬਾਂ ਦੇ ਵਜ਼ੀਫੇ ਖਾਈ ਜਾਂਦੀ ਆ, ਇਸ ਇੱਥੋਂ ਕੀ ਸਿੱਧ ਹੁੰਦਾ ਵਾ? ਇਹ ਜਿਹੜੀਆਂ ਅਖਬਾਰੀ ਗੱਲਾਂ ਕਰ ਛੱਡਦੇ ਆ, ਕੋਈ ਵੀ ਕੰਮ ਜਿੰਨੇ ਪਿੱਛੇ ਜੇ ਉਦਣ ਵੀ ਮੈਂ ਕਿਹਾ ਵੀ ਗੱਲਾਂ ਤਾਂ ਕਹਿੰਦੇ ਜੀ ਅਸੀਂ 85% ਵਾਅਦੇ ਪੂਰੇ ਕਰ ਦਿੱਤੇ ਆ ਜਿਹੜੀ ਚੋਣ ਮੈਨੀਫੈਸਟੋ ਦੇ ਵਿੱਚ। 85% ਸਮਝ ਨਹੀਂ ਆਈ ਕਿਸ ਗੱਲ ਦੇ ਵਾਅਦੇ ਪੂਰੇ ਕੀਤੇ ਇਹਨਾਂ ਨੇ। ਵਾਅਦਾ ਕੀਤਾ ਸੀ ਇਹਨਾਂ ਨੇ ਸਮਾਰਟਫੋਨ ਦੇਵਾਂਗੇ ਬੱਚਿਆਂ ਨੂੰ, ਉਹ ਸਮਾਰਟਫੋਨ ਪਤਾ ਨਹੀਂ ਕਿਹਨਾਂ ਨੂੰ ਮਿਲਿਆ। ਅਸੀਂ ਤਾਂ ਜਿੰਨਾਂ ਪਿੰਡਾਂ 'ਚ ਜਾਂਦੇ ਹਾਂ ਕਿਸੇ ਨੂੰ ਸਮਾਰਟਫੋਨ ਨਹੀਂ ਮਿਲਿਆ। ਇਹ ਜਿਹੜਾ ਆਪਣਾ ਕੈਪਟਨ ਸਾਹਿਬ ਦੇ ਮੰਤਰੀ, ਮੈਂ ਕਹੂੰਗਾ ਕਿ ਲੁਟੇਰੇ ਇਹਨਾਂ ਨੇ ਜਿਹੜੇ ਮੰਤਰੀ ਬਣਾਏ ਹੋਏ ਨੇ। ਸਾਧੂ ਸਿੰਘ ਧਰਮਸੋਤ ਦੇ ਖਿਲਾਫ਼ ਜਿਹੜਾ SC ਵਜ਼ੀਫਾ ਘੁਟਾਲਾ, 2 ਲੱਖ ਗਰੀਬ ਜਿਹੜੇ ਵਿਦਿਆਰਥੀ ਨੇ ਉਹਨਾਂ ਦੀਆਂ ਜਿਹੜਾ ਵਜ਼ੀਫਾ ਖਾਣ ਦਾ ਉਹਨਾਂ 'ਤੇ ਦੋਸ਼ ਲੱਗਿਆ, ਅਤੇ ਵੱਖ ਵੱਖ ਪਾਰਟੀਆਂ ਵੱਲੋਂ ਇਹ ਚੀਜ਼ 'ਤੇ ਆਰੋਪ ਲਾਇਆ ਗਿਆ, ਅਤੇ ਵੱਖ ਵੱਖ ਪਾਰਟੀਆਂ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ। ਇਸੇ ਲੜੀ ਤਹਿਤ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਾਂ 'ਤੇ ਸਾਡੇ SC ਮੋਰਚਿਆਂ ਦੇ ਪ੍ਰਧਾਨਾਂ ਵੱਲੋਂ, ਜਿਵੇਂ ਰਜਨੀਸ਼ ਦਈਏ ਸਾਡੇ ਪ੍ਰਧਾਨ ਨੇ SC ਮੋਰਚਾ ਦੇ ਇੱਥੇ ਫਿਰੋਜ਼ਪੁਰ ਦੇ, ਉਹਨਾਂ ਵੱਲੋਂ ਉਹਨਾਂ ਦੀ ਰਹਿਨੁਮਾਈ ਇੱਥੇ ਜਿਹੜੇ ਸ਼ੁਰੂ ਕੀਤਾ ਗਿਆ ਹੈ, ਆਪਣਾ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਅੱਜ ਉਸੇ ਲੜੀ ਤਹਿਤ ਜੀਰਾ ਹਲਕੇ ਦੇ ਦੀਵਾਰੀ ਹੈ, ਅਤੇ ਅਸੀਂ ਅੱਜ ਸਾਰੇ ਜੀਰਾ ਟੀਮ ਇੱਥੇ ਬੈਠੇ ਹਾਂ, ਅਤੇ ਅਸੀਂ ਜਿਹੜੀ ਪਹਿਲਾਂ ਹੜਤਾਲ ਸੀਗੀ ਸਵੇਰੇ ਲਗਭਗ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸੀਗੀ, ਹੁਣ ਇਹਦਾ ਅਣਮਿੱਥੇ ਸਮੇਂ ਲਈ ਸਾਰੀ ਦਿਨ ਰਾਤ 24 ਘੰਟੇ ਕਰ ਦਿੱਤੇ ਗਏ ਆ। ਅਤੇ ਅਸੀਂ ਤੁਹਾਨੂੰ ਤੁਹਾਡੇ ਮੀਡੀਆ ਦੇ ਜ਼ਰੀਏ ਕੈਪਟਨ ਸਾਹਿਬ ਨੂੰ, ਜਿਹੜੇ ਸੁੱਤੇ ਹੋਏ ਨੇ, ਮੈਂ ਸਮਝਦਾ ਕੁੰਭਕਰਨ ਦੇ ਨੀਂਦ ਸੁੱਤੇ ਨੇ, ਕੋਈ ਸਰਕਾਰ ਨਹੀਂ ਚੱਲ ਰਹੀ, ਪੰਜਾਬ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਹੈਗੀ, ਅਤੇ ਪੰਜਾਬ ਸਰਕਾਰ ਮੈਂ ਸਮਝਦਾ ਹਰ ਇੱਕ ਫਰੰਟ 'ਤੇ ਫੇਲ ਹੈ, ਅਤੇ ਹਰ ਇੱਕ ਵਰਗ ਇਸ ਟਾਈਮ ਦੁਖੀ ਹੈ, ਕੁਰਲਾ ਰਿਹਾ। ਪਰ ਕੈਪਟਨ ਸਾਹਿਬ ਨੂੰ ਆਪਦੀ ਆਰਾਮ ਅਵਸਥਾ ਤੋਂ ਇਲਾਵਾ ਹੋਰ ਕੋਈ ਆਪਣੀ ਪਬਲਿਕ ਦੇ ਵਿੱਚ ਆ ਕੇ ਦੇਖਣ ਦੀ ਲੋੜ ਹੈ ਕਿ ਕਿੱਥੇ ਕਿੱਥੇ, ਮੈਂ ਕਿੱਥੇ ਕਿੱਥੇ ਗੱਲ ਕਰਾਂ, ਹਰ ਇੱਕ ਜਿਹੜਾ ਹੈਗਾ ਵਰਗ ਇਸ ਟਾਈਮ, ਜੇ ਕੋਈ ਵਪਾਰੀ ਵਰਗ ਦੀ ਗੱਲ ਕਰੀਏ, ਮਜ਼ਦੂਰ ਵਰਗ ਦੀ ਗੱਲ ਕਰੀਏ, ਮੁਲਾਜ਼ਮ ਵਰਗ ਦੀ ਗੱਲ ਕਰੀਏ, ਸਾਰੇ ਵਰਗ ਆਪਦੀਆਂ ਮੰਗਾਂ ਨੂੰ ਲੈ ਕੇ ਧਰਨੇ ਮੁਜ਼ਾਹਰੇ ਕਰ ਰਹੇ ਨੇ, ਪਰ ਕੈਪਟਨ ਸਾਹਿਬ ਦੇ ਸਿਰ 'ਤੇ ਕੋਈ ਅਸਰ ਨਹੀਂ ਗਾ।